ਪਿੰਡਾਂ ਦੇ ਏਐਸਆਈ ਗੁਰਵਿੰਦਰ ਸਿੰਘ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਸਲੇ ਦੇ ਵਿੱਚ ਪੀੜਤ ਔਰਤ ਦੇ ਨਾਲ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਉਸ ਏਐਸਆਈ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਅਤੇ ਰੇਪ ਦਾ ਕੇਸ ਦਰਜ ਕਰਕੇ ਥਾਣੇ ਦੇ ਵਿੱਚ ਡੱਕਿਆ ਹੋਇਆ ਹੈ, ਜਿਸ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਸ ਮਸਲੇ ਦੇ ਵਿੱਚ ਹੁਣ ਇੱਕ ਨਵੀਂ ਅਪਡੇਟ ਇਹ ਆ ਰਹੀ ਹੈ ਕਿ ਬਠਿੰਡਾ ਦੇ ਐਸਐਸਪੀ ਦੇ ਵੱਲੋਂ ਇੱਕ ਨਵੀਂ ਐਸਆਈਟੀ ਬਣਾ ਦਿੱਤੀ ਗਈ ਹੈ ਜੋ ਇਸ ਮਸਲੇ ਦੀ ਜਾਂਚ ਕਰਕੇ ਦੋਸ਼ੀ ਨੂੰ ਸਜ਼ਾ ਦੇਣ ਦੇ ਲਈ ਕੰਮ ਕਰੇਗੀ। ਐਸਆਈਟੀ ਦੇ ਵਿੱਚ ਕਿਹੜੇ ਅਫਸਰ ਨੇ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ। ਕਪਤਾਨ ਪੁਲਿਸ ਸਥਾਨਕ ਬਠਿੰਡਾ, ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਬਠਿੰਡਾ, ਮੁੱਖ ਅਫਸਰ ਥਾਣਾ ਕੈਂਟ ਬਠਿੰਡਾ। ਇਹ ਤਿੰਨ ਅਫਸਰਾਂ ਨੂੰ ਐਸਐਸਪੀ ਦੇ ਵੱਲੋਂ ਐਸਆਈਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਜੋ ਆਪਣੀ ਰਿਪੋਰਟ ਐਸਐਸਪੀ ਨੂੰ ਦੇਣਗੇ। ਇਸ ਮਸਲੇ ਦੇ ਵਿੱਚ ਹੋਰ ਕੀ ਕਾਰਵਾਈ ਹੋਏਗੀ ਉਹ ਵੀ ਤੁਹਾਨੂੰ ਦੱਸ ਦੇਵਾਂਗੇ। ਬਾਕੀ ਉਸ ਪੁਲਿਸ ਮੁਲਾਜ਼ਮ ਦਾ ਕਬੂਲਨਾਮਾ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਬਲਾਤਕਾਰ ਕਰਨਾ ਆ ਨਾ ਇਹਦੇ ਨਾਲ? ਕੱਲ ਵੀ ਕਰਿਆ ਤੂੰ, ਕੱਲ ਵੀ ਕਰਿਆ, ਹੁਣ ਉੱਤੋਂ ਫੜਿਆ ਸੀ ਤੇਰੀਆਂ ਮੂਵੀਆਂ ਸਾਡੇ ਕੋਲੇ, ਤੇ ਐ ਦੱਸ 6 ਤਰੀਕ ਨੂੰ ਇਹਦੇ ਬੱਚੇ ਨੂੰ 9 ਵਜੇ ਘਰੋਂ ਲੈ ਕੇ ਗਏ ਹੋ ਤੁਸੀਂ, ਦੱਸ ਸਹੀ ਆ ਗੱਲ ਇਹ? ਹੈਂ, ਕਿੱਥੋਂ ਲੈ ਕੇ ਗਏ ਹੋ? ਕੈ ਵਜੇ? ਦਸ ਵਜੇ ਦਾ ਟਾਈਮ ਹੋਊਗਾ, 6 ਤਰੀਕ ਨੂੰ ਘਰੋਂ ਲੈ ਕੇ ਗਏ ਹੋ? ਪੈਸੇ ਕਿੰਨੇ ਚੱਕ ਕੇ ਲਗੇ ਨਾਲ? ਪੈਸੇ ਤਾਂ ਭਾਈ ਮੈਂ ਤਾਂ ਬਾਹਰ ਖੜਾ ਸੀ। ਹਾਂ, ਕਿੰਨੇ ਚੱਕਿਆ? ਕਿਹਨੇ ਚੱਕਿਆ? ਕਿਹਨੇ ਚੱਕਿਆ? ਉਹ ਦੂਜਾ ਥਾਣੇਦਾਰ ਸੀ। ਕੀ ਨਾਂ ਸੀ ਉਹਦਾ? ਉਹਦਾ ਨਾਂ ਘਰੋਂ ਬੱਚੇ ਨੂੰ ਲੈ ਗਏ, ਨਾਲ ਗੱਡੀ ਵੀ ਲੈ ਗਏ ਸੀ, ਮੋਟਰਸਾਈਕਲ ਵੀ ਘਰੋਂ ਲੈ ਗਏ ਸੀ। ਤੇ ਐ ਦੱਸ, ਤੇ ਹੁਣ ਉਹਦਾ ਬਲਾਤਕਾਰ ਕਰਨਾ ਆ, ਤੁਸੀਂ ਪੈਸੇ ਲੈ ਲਏ ਵਿਚਾਰੀ ਤੋਂ 2.5 ਲੱਖ, 1,60,000, ਤੇ ਤੁਸੀਂ ਬੱਚੇ ਤੇ ਕੇਸ ਪਾਤਾ ਝੂਠਾ। ਤੂੰ 3 ਮਹੀਨਿਆਂ ਤੋਂ ਉਹਨੂੰ ਫਾਲੋ ਕਰ ਰਿਹਾ ਸੀ, ਤੂੰ 3 ਮਹੀਨਿਆਂ ਤੋਂ ਗੱਲਬਾਤ ਕਰਨ ਨੂੰ ਕਹਿ ਰਿਹਾ ਸੀ, ਠੀਕ ਹੈ ਨਾ? ਤੈਨੂੰ ਅਸੀਂ, ਮੈਂ ਵੀ ਸਮਝਾਇਆ ਵੀ ਤੂੰ ਇਹ ਰਹਿਣ ਦੇ, ਠੀਕ ਹੈ? ਤੂੰ ਬੱਚੇ ਤੇ ਕੇਸ ਪਾ ਕੇ ਥੱਲੇ ਲਾਇਆ ਵਿਚਾਰੀ ਵਿਧਵਾ ਔਰਤ ਨੂੰ। ਤੁਸੀਂ ਕਿੱਥੇ ਦਿਓਗੇ? ਤੁਹਾਡੀਆਂ ਲਾਦਾਂ ਖਤਮ ਹੋ ਜਾਣਗੀਆਂ, ਤੁਹਾਡੀ ਕੋਲ ਖਤਮ ਹੋ ਜੂ। ਅਸੀਂ ਬਿਰਕ ਸਾਹਿਬ ਨੂੰ ਬੇਨਤੀ ਕਰਦੇ ਹਾਂ, ਐਸਐਸਪੀ ਸਾਹਿਬ ਨੂੰ, ਸਾਹਿਬ ਤੁਸੀਂ ਬਹੁਤ ਚੰਗੇ ਬੰਦੇ ਹੋ ਸਰ, ਇਸ ਕੇਸ ਦੀ ਜਾਂਚ ਹੈ ਜਿਹੜੀ ਸਿੱਟ ਤੋਂ ਹੋਣੀ ਚਾਹੀਦੀ ਹੈ ਸਾਹਿਬ, ਐਫਆਈਆਰ ਨੰਬਰ 40 ਥਾਣਾ ਕੈਂਟ ਦੀ ਜਾਂਚ ਹੈ, ਸਿੱਟ ਬਣਾ ਕੇ ਕਰੋ ਸਾਹਿਬ। ਉਹ ਵਿਚਾਰਾ 20 ਸਾਲ ਦਾ ਬੱਚਾ ਜਿਹੜਾ ਓਟੀ ਦਾ ਡਿਪਲੋਮਾ ਕਰਦਾ ਸੀ, ਆਪਦੀ ਟ੍ਰੇਨਿੰਗ ਉਹਨੇ ਲਾਉਣੀ ਸੀ, ਘਰੇ ਬੈੱਡ ਤੇ ਪਿਆ ਸੀ, ਕਰੋਨਾ ਉਹਨੂੰ ਹੋਇਆ ਸੀ, ਇਹ ਦਰਿੰਦੇ ਉਹਨੂੰ ਘਰੋਂ ਲੈ ਕੇ ਚੱਕ ਕੇ ਬਿਰਕ ਸਾਹਿਬ